योग एसएसपी साहब श्री दीपक लाहौरी साहब जी के दिशा निर्देशों हेठ अज सिटी सीलिंग के नाके लगाए गए ताकि शहर के अमन कानून की स्थिति मेनटेन की जा सके। 26 जनवरी के संबंध में भी शक्की व्यक्तियों की चैकिंग की जा सके। चेकिंग करके जेड़ा भी कोई एहो जिहा आंसर मिलेगा उसके खिलाफ बनदी आर्म्स एक्ट दे अधीन कार्रवाई की जाएगी। खास निगाह ਸਾਰ ਤਰ੍ਹਾਂ ਦੇ ਬੰਦੇ ਪੁਲਿਸ ਦੇ ਸਿਵਲ ਦੇ ਵਿੱਚ ਵੀ ਉਹਨਾਂ ਨੂੰ ਚੈੱਕ ਕਰਦੇ ਆ। ਇਹਨਾਂ ਦੀ ਸਪੈਸ਼ਲ ਟੀਮ ਵੀ ਲੱਗੀ ਸਪੈਸ਼ਲ ਟੀਮਾਂ ਵੀ ਲੱਗੀਆਂ ਗਈਆਂ ਸਪੈਸ਼ਲ ਟੀਮਾਂ ਵੀ ਸਾਡੀਆਂ ਲੱਗੀਆਂ ਹੋਈਆਂ ਇਸ ਦੇ ਤਾਂ ਕਿ 26 ਜਨਵਰੀ ਨੂੰ ਮੁੱਖ ਮੱਦੇ ਨਜ਼ਰ ਰੱਖਦੇ ਅਮਨ ਕਾਨੂੰਨ ਦੀ ਸਥਿਤੀ ਮੇਨਟੇਨ ਕੀਤੀ ਜਾ ਸਕੇ। ਦੇਖਿਆ ਜਾਏ ਸਰ ਬਾਰਡਰ ਦੇ ਉੱਪਰ ਗੋਲ ਦੇ ਰਹੀ ਨਸ਼ਾ ਵੀ ਆ ਰਿਹਾ ਹੈ ਹਥਿਆਰ ਵੀ ਆ ਰਹੇ ਨੇ ਉਹਨਾਂ ਕਿਤੇ ਦੇਖਦੇ ਉਹਨਾਂ ਨੂੰ ਪੂਰੇ ਆ ਕਰ ਰਹੇ ਆ ਆਪਾਂ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਕਾਰਵਾਈ ਕਰ ਰਹੇ ਆ ਉਹਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ।